Please subscribe our channel for latest updates. ਮੋਗਾ ਦੇ ਪਿੰਡ ਚੜਿੱਕ ਦੇ ਨਜ਼ਦੀਕ ਇੱਕ ਕਾਰ ਦੀ ਚਪੇਟ ਵਿੱਚ ਆਉਣ ਕਾਰਨ ਦੋ ਬਾਈਕ ਸਵਾਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਦੇ ਲਈ ਮੋਗਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਦੋਨਾਂ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਇਲਾਜ ਦੇ ਦੌਰਾਨ ਇੱਕ ਦੀ ਮੌਤ ਹੋ ਗਈ। ਇਸ ਸੜਕ ਹਾਦਸੇ ਨੂੰ ਅੰਜਾਮ ਦੇਣ ਵਾਲੀ ਕਾਰ ਨੂੰ ਪੁਲਿਸ ਵਿੱਚ ਤੈਨਾਤ ਹੈੱਡ ਕਾਂਸਟੇਬਲ ਜਸਵੀਰ ਸਿੰਘ ਚਲਾ ਰਿਹਾ ਸੀ। ਕਾਰ ਨਜ਼ਦੀਕ ਦੇ ਇੱਕ ਘਰ ਵਿੱਚ ਜਾ ਵੜੀ ਜਿੱਥੇ ਕਾਰ ਚਾਲਕ ਪੁਲਿਸ ਕਰਮਚਾਰੀ ਵੀ ਜ਼ਖਮੀ ਹੋ ਗਿਆ। ਜ਼ਖਮੀ ਹੈੱਡ ਕਾਂਸਟੇਬਲ ਜਸਵੀਰ ਸਿੰਘ ਨੂੰ ਵੀ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਹੋਇਆ। ਪੁਲਿਸ ਨੇ ਮਾਮਲੇ ਦੀ ਸੂਚਨਾ ਮਿਲਦੇ ਹੀ ਫਰੀਦਕੋਟ ਵਿੱਚ ਭਰਤੀ ਲਿਆਕਤ ਅਲੀ ਖਾਨ ਦੇ ਬਿਆਨ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਘੋੜੀਏ ਕੋਲ ਨਹਿਰ ਕੋਲ ਐਕਸੀਡੈਂਟ ਹੋਇਆ ਕਾਰ ਦਾ ਤੇ ਮੋਟਰਸਾਈਕਲ ਦਾ। ਅਸੀਂ ਭਾਈ ਘਨੱਈਆ ਸਮਾਜ ਸੇਵਾ ਕਮੇਟੀ ਵੱਲੋਂ ਗੱਡੀ ਬਣਾਈ ਹੈ, ਸਾਨੂੰ ਫੋਨ ਆਇਆ ਤੇ ਲੈ ਕੇ ਆਏ ਸਰਕਾਰੀ ਹਸਪਤਾਲ। ਕਿੰਨੇ ਬੰਦੇ ਜ਼ਖਮੀ ਆ? ਦੋ ਆ ਜੀ। ਕਿੰਨੀਆਂ ਸੱਟਾਂ ਨੇ ਇਹਨਾਂ ਦੇ? ਕਾਫੀ ਸੱਟਾਂ ਜੀ। ਕਾਰ ਟੁੱਟ ਗਈ ਹੈ ਜੀ, ਘਰ ਦੇ ਵਿੱਚ ਵੜ ਗਏ। ਉਹਦਾ ਨਹੀਂ ਪਤਾ ਜੀ, ਦੋ ਬੰਦੇ ਆ ਜੀ, ਇਹ ਦੋ ਹੀ ਚੱਕ ਕੇ ਲੈ ਆਉਂਦੇ ਆ। ਸਾਨੂੰ ਤਾਂ ਫੋਨ ਕੀਤਾ ਵੀ ਮੌਕੇ 'ਤੇ ਜਾ ਵੜੇ, ਸਾਨੂੰ ਨਹੀਂ ਪਤਾ ਕਾਰ ਦੇ ਵਿੱਚ ਕੌਣ ਸੀ ਕਿਵੇਂ ਆ ਜੀ। ਦੋ ਜ਼ਖਮੀ ਸੀ ਉਹ ਲਿਆਉਂਦੇ ਜੀ। ਤੁਹਾਡੀ ਸਵੇਰੇ ਐਕਸੀਡੈਂਟ ਹੋਇਆ, ਇਹਦੇ 'ਚ ਜਿਹੜੀ ਕਾਰ ਸੀਗੀ I-20 ਉਹ ਮੌਕੇ ਵੱਲੋਂ ਆ ਰਹੀ ਸੀ ਇੱਧਰ ਨੂੰ ਵੱਲ ਨੂੰ, ਅਤੇ ਜਿਹੜੇ ਬੰਦੇ ਸੀਗੇ ਲਿਆਕਤ ਅਲੀ ਅਤੇ ਤਰਸੇਮ ਖਾਨ ਇਹ ਇੱਧਰੋਂ ਜਾ ਰਹੇ ਸੀਗੇ। ਜਿਹੜਾ ਉਹਦਾ ਐਕਸੀਡੈਂਟ ਹੋ ਗਿਆ ਅਤੇ ਜਿਹਦੇ 'ਚ ਤਰਸੇਮ ਖਾਨ ਦੀ ਮੌਤ ਹੋ ਗਈ ਹੈ। ਜਿਹੜਾ ਲਿਆਕਤ ਅਲੀ ਆ ਉਹ ਸੀਰੀਅਸ ਇੰਜਰਡ ਹੈ ਅਤੇ ਉਹ ਫਰੀਦਕੋਟ ਸਰਕਾਰੀ ਹੋਸਪਿਟਲ 'ਚ ਦਾਖਲ ਹੈ ਅਤੇ ਅਸੀਂ ਉਹਦੇ FIR ਰਜਿਸਟਰ ਕਰ ਰਹੇ ਹਾਂ। ਮੋਗਾ ਤੋਂ ਬਿੱਟੂ ਪੁਰਬਾ ਦੀ ਰਿਪੋਰਟ, ਚੈਨਲ ਪੰਜਾਬ ਨਿਊਜ਼।